ਤੇ ਜਿਹੜੇ ਕਾਰ ਵਾਲੇ ਨਸ਼ੇੜੀ ਕੋਈ ਦੱਸਦੇ ਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਫੜਿਆ ਵੀ ਗਿਆ ਵਾ ਉਹਨਾਂ ਨੇ ਨੰਬਰ ਪਲੇਟਾਂ ਵੀ ਜਿਹੜੀਆਂ ਗੱਡੀ ਦੀਆਂ ਜਿਹੜੀਆਂ ਅਸੀਂ ਪੁੱਠੀਆਂ ਕਰਕੇ ਲਾਈਆਂ ਸੀ ਕਿਹਾ ਜਾਵੇ ਇਹਨਾਂ ਤੇ ਸਜ਼ਾ ਜਿਹੜੀ ਬਣਦੀ ਸਜ਼ਾ ਜਿਹੜੀ ਕਾਰਵਾਈ ਇਹਨਾਂ ਤੇ ਜਲਦ ਤੋਂ ਜਲਦ ਪ੍ਰਸ਼ਾਸਨ ਕਰੇ ਔਰ ਇੱਕ ਨਸ਼ਾ ਤਸਕਰ ਗੱਡੀ ਜਿਹੜੀ ਸੀ ਉਹ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਔਰ ਉਹਨਾਂ ਨੂੰ ਤਿੰਨਾਂ ਨੂੰ ਕੁਚਲ ਕੇ ਉਹਨੇ ਉੱਥੇ ਮੌਕੇ ਦੇ ਜਿਹੜਾ ਦੋ ਦਿੱਤਾ ਹੋਈ ਇੱਕ ਰਸਤੇ ਦੇ ਵਿੱਚ ਹੋਈ ਵੀ ਉਸ ਗੱਡੀ ਦੇ ਵਿੱਚੋਂ ਇੰਨਾ ਵੱਡੇ ਪੱਧਰ ਤੇ ਬਰਾਮਦਗੀ ਨਸ਼ੇ ਦੀ ਹੋਣੀ ਖੇਪ ਔਰ 6 ਪੈਕਟ ਉੱਥੇ ਲੋਕਾਂ ਨੇ ਦੱਸਿਆ 6-7 ਪੈਕਟ ਜਿਹੜੇ ਸੀ ਉਹ ਚਿੱਟੇ ਦੇ ਲੋਕਾਂ ਨੇ ਉੱਥੇ ਚੱਕ ਕੇ ਤੇ ਉੱਥੇ ਪੁਲਿਸ ਲੈ ਕੇ ਗਈ ਅਮਰ ਸਿੰਘ ਗੱਟਾ ਪਾਸ਼ਾ ਜੀ ਇਹ ਜਿਹੜੇ ਅੱਜ ਮਖੂ ਦੇ ਲਾਗੇ ਬਿਜਲੀ ਘਰ ਦੇ ਕੋਲ ਐਕਸੀਡੈਂਟ ਹੋਇਆ 3 ਜੀਆਂ ਦੀ ਡੈਥ ਹੋ ਚੁੱਕੀ ਆ ਜੀ ਇੱਕ ਸਰਦਾਰ ਅਮਰ ਸਿੰਘ ਇੱਕ ਕੁਲਦੀਪ ਸਿੰਘ ਤੇ ਇੱਕ ਛੋਟੀ ਬੱਚੀ ਸੀ ਪਿੰਡ ਘੁੱਦੂ ਵਾਲੇ ਤੋਂ ਤੇ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਜਿਹੜੇ ਕਾਰ ਵਾਲੇ ਨਸ਼ੇੜੀ ਕੋਈ ਦੱਸਦੇ ਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਫੜਿਆ ਵੀ ਗਿਆ ਵਾ ਤੇ ਉਹਨਾਂ ਦੀ ਕਾਰ ਜਿਹੜੀ ਆ ਉਹ ਮੌਕੇ ਤੇ ਉਹਨਾਂ ਨੇ ਮਤਲਬ ਭੱਜ ਕੇ ਇੱਕ ਬੰਦਾ ਫੜਿਆ ਗਿਆ ਮੌਕੇ ਤੇ ਉਹਨਾਂ ਨੇ ਨੰਬਰ ਪਲੇਟਾਂ ਵੀ ਜਿਹੜੀਆਂ ਗੱਡੀ ਦੀਆਂ ਜਿਹੜੀਆਂ ਅਸੀਂ ਪੁੱਠੀਆਂ ਕਰਕੇ ਲਾਈਆਂ ਸੀ ਤੇ ਪ੍ਰਸ਼ਾਸਨ ਨੇ ਫੜ ਕੇ ਥਾਣੇ ਗੱਡੀ ਉਹਨਾਂ ਦੀ ਲੱਗ ਗਈ ਆ ਬੰਦਾ ਵੀ ਫੜਿਆ ਗਿਆ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਗੱਡੀ ਜਿਹੜੀ ਆ ਉਹ ਵੇਖੀ ਮੌਕੇ ਤੇ ਜਿਹੜੀਆਂ ਉਹਦੀਆਂ ਆਪਣਾ ਜਿਹੜੀ ਨੰਬਰ ਪਲੇਟ ਵੀ ਆ ਉਹ ਵੀ ਚੈੱਕ ਕੀਤੀ ਆ ਨੰਬਰ ਪਲੇਟ ਦਾ ਜਿਹੜਾ ਤੁਹਾਨੂੰ ਮੈਂ ਉਹ ਵੀ ਦੱਸ ਦਿੰਦੇ ਹਾਂ PB21B0042 ਨੰਬਰ ਗੱਡੀ ਦਾ ਅਤੇ ਉਹ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇੱਕੇ ਘਰ ਦੇ ਵਿੱਚ 3 ਜੀਆਂ ਦੀ ਜਿਹੜੀ ਮੌਤ ਹੋਈ ਆ ਬੜਾ ਵੱਡਾ ਦੁੱਖ ਲੱਗਾ ਵਾ ਸਾਨੂੰ ਬਹੁਤ ਘਾਟਾ ਪਿਆ ਵਾ ਇਹ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ 'ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਆ ਅਤੇ ਇਹਨਾਂ ਨੂੰ ਸਲਾਖਾਂ ਪਿੱਛੇ ਜਿਹੜੀ ਧੱਕਿਆ ਜਾਵੇ ਇਹਨਾਂ 'ਤੇ ਸਜ਼ਾ ਜਿਹੜੀ ਬਣਦੀ ਸਜ਼ਾ ਜਿਹੜੀ ਕਾਰਵਾਈ ਇਹਨਾਂ 'ਤੇ ਜਲਦ ਤੋਂ ਜਲਦ ਪ੍ਰਸ਼ਾਸਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਜੀ ਜਨਾ ਸ਼ਕਤੀ ਪੰਜਾਬ ਵਿਖੇ ਜੋ ਰਾਜੇਵਾਲ ਪਿੰਡ ਤਲਵੰਡੀ ਰੰਪਾਲਾ ਬੜੇ ਦੁਖੀ ਮਨ ਨਾਲ ਦੱਸਦੇ ਹਾਂ ਕਿ ਸਾਡੇ ਕਰੀਬੀ ਰਿਸ਼ਤੇਦਾਰ ਘੁੱਦੂ ਵਾਲੇ ਤੋਂ ਜਿਹੜੇ ਸਾਡੇ ਰਿਸ਼ਤੇਦਾਰ ਸਨ ਦੋ ਔਰ ਇੱਕ ਉਹਨਾਂ ਦੀ ਪੋਤੀ ਸੀ ਉਹ ਮੱਸਿਆ ਬਾਬੇ ਕਰਮਚੰਦ ਬਾਠਾਂ ਵਾਲੇ ਮੱਸਿਆ 'ਤੇ ਗਏ ਸੀ ਬਦਕਿਸਮਤੀ ਨਾਲ ਉਹਨਾਂ ਦੀ ਅੱਜ ਲਿਖੀ ਸੀ ਮੌਤ ਲਿਖੀ ਸੀ ਬਿਜਲੀ ਘਰ ਵਾਪਸ ਆਪਣੇ ਪਿੰਡ ਨੂੰ ਜਾ ਲਏ ਬਿਜਲੀ ਘਰ ਨੈਸ਼ਨਲ ਹਾਈਵੇ 54 'ਤੇ ਔਰ ਇੱਕ ਨਸ਼ਾ ਤਸਕਰ ਗੱਡੀ ਜਿਹੜੀ ਸੀ ਉਹ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਔਰ ਉਹਨਾਂ ਨੂੰ ਤਿੰਨਾਂ ਨੂੰ ਕੁਚਲ ਕੇ ਉਹਨੇ ਉੱਥੇ ਮੌਕੇ 'ਤੇ ਜਿਹੜਾ ਦੋ ਦਿੱਤਾ ਹੋਈ ਇੱਕ ਰਸਤੇ ਦੇ ਵਿੱਚ ਹੋਈ ਮੰਦਭਾਗੀ ਖਬਰ ਹੋਈ ਪਰ ਇੱਕ ਬੜੀ ਦੁੱਖ ਦੀ ਖਬਰ ਆ ਵੀ ਉਸ ਗੱਡੀ ਦੇ ਵਿੱਚੋਂ ਇੰਨਾ ਵੱਡੇ ਪੱਧਰ 'ਤੇ ਬਰਾਮਦਗੀ ਨਸ਼ੇ ਦੀ ਹੋਣੀ ਖੇਪ ਔਰ 6 ਪੈਕਟ ਉੱਥੇ ਲੋਕਾਂ ਨੇ ਦੱਸਿਆ 6-7 ਪੈਕਟ ਜਿਹੜੇ ਸੀ ਉਹ ਚਿੱਟੇ ਦੇ ਲੋਕਾਂ ਨੇ ਉੱਥੇ ਚੱਕ ਕੇ ਅਤੇ ਮਤਲਬ ਉੱਥੇ ਪੁਲਿਸ ਲੈ ਕੇ ਗਈ ਔਰ CI ਇੰਚਾਰਜ ਵੀ ਉੱਥੇ ਜਿਹੜਾ ਫਿਰੋਜ਼ਪੁਰ ਦਾ ਸੀ ਉਹ ਵੀ ਮੌਕੇ 'ਤੇ ਸੀ ਸਾਨੂੰ ਖਦਸ਼ਾ ਹੈ ਵੀ ਜਿਵੇਂ ਉਹ ਗੱਡੀ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਪੁਲਿਸ ਔਰ ਉਹਨਾਂ ਤੇਜ਼ ਰਫ਼ਤਾਰੀ ਦੇ ਨਾਲ ਕੁਚਲ ਕੇ ਔਰ ਮੌਕੇ 'ਤੇ ਜਿਹੜੀ CI ਸਟਾਫ ਨੇ ਉਹਨਾਂ ਨੂੰ ਟਰੇਸ ਕੀਤਾ ਕੇਸ ਨੂੰ ਇੱਕ ਬੰਦਾ ਫੜਿਆ ਗਿਆ ਦੂਸਰਾ ਉੱਥੋਂ ਵਿੱਚੋਂ ਭੱਜ ਗਿਆ ਉਹ ਵੀ ਬੰਦਾ ਜਿਹੜਾ ਫੜਿਆ ਲੋਕਾਂ ਨੇ ਫੜਿਆ ਇੱਕ ਬੰਦਾ CI ਸਟਾਫ ਜਿਹੜੀ ਫਿਰੋਜ਼ਪੁਰ ਲੈ ਗਏ ਔਰ ਦੂਸਰਾ ਜਿਹੜਾ ਬੰਦਾ ਉਹ ਭੱਜ ਗਿਆ ਉੱਥੇ ਮੌਕੇ 'ਤੇ ਗੱਡੀ ਜਿਹੜੀ ਉਹ ਬਰਾਮਦਗੀ ਹੋਈ ਔਰ ਇੱਕ ਹੋਰ ਸਮਗਲਰਾਂ ਨੇ ਜਿਹੜੀ ਚੜਾਕੀ ਵਰਤੀ ਜਿਹੜੀ ਗੱਡੀ ਦੀ ਪਲੇਟ ਮਗਰ ਲੱਗੀ ਸੀ ਉਹਦੇ 'ਤੇ AF ਲੱਗਾ ਸੀ ਵੀ ਨਵੀਂ ਗੱਡੀ ਹੈ ਪਰ ਅਸਲੀਅਤ ਉਹ ਗੱਡੀ ਪੁਰਾਣੀ ਸੀ ਔਰ ਪੁੱਠੀ ਕਰਕੇ ਜਦੋਂ ਦੀ ਪਲੇਟ ਦੇਖੀ ਅਸੀਂ ਫੋਟੋ ਖਿੱਚ ਕੇ ਆਏ ਹਾਂ ਅਤੇ ਨੰਬਰ ਉਹਨਾਂ ਦਾ ਹੋਰ ਨਿਕਲਿਆ ਗੱਡੀ ਦਾ AF ਜਾਣ ਕੇ ਲੋਕਾਂ ਨੂੰ ਭੁਲੇਖੇ 'ਚ ਪਾਇਆ ਗਿਆ ਵੀ ਨਵੀਂ ਗੱਡੀ ਸਾਡੀ ਇਸ ਕਰਕੇ ਵੱਡੇ ਪੱਧਰ 'ਤੇ DSP ਨੂੰ ਮੈਂ ਮਿਲ ਕੇ ਆਇਆ ਜੀਰੇ DSP ਮੱਖੂ ਥਾਣੇ ਪਹੁੰਚੇ ਆ ਪੁਲਿਸ ਜਿਹੜੀ ਉਹ ਕਾਰਵਾਈ FIR ਦਰਜ ਕਰ ਰਹੀ ਹੈ ਦੇਖਦੇ ਹਾਂ FIR ਦੇ ਵਿੱਚ ਪੁਲਿਸ ਜਿਹੜੀ ਉਹ ਕੀ ਪਾਉਂਦੀ ਕਿੰਨਾ ਨਸ਼ੇ ਦੀ ਬਰਾਮਦਗੀ ਪਾਉਂਦੀ ਹੈ ਔਰ 3 ਜਿਹੜੇ ਕਤਲ ਕੀਤੇ ਗਏ ਆ ਇੱਕ ਛੋਟੀ ਜਿਹੀ ਬੱਚੀ 4 ਸਾਲ ਦੀ ਔਰ ਮੈਂ ਸਮਝਣਾ 60-65 ਸਾਲ ਦੇ ਦੋਨੇ ਸੱਕੇ ਭਰਾ ਉਹਨਾਂ ਦੀ ਇੱਕ ਪੋਤੀ ਇੱਕ ਪਰਿਵਾਰ 'ਚੋਂ 3 ਜੀ ਚਲੇ ਜਾਣੇ ਬੜਾ ਵੱਡਾ ਲੋਹੜਾ ਵੱਜਾ ਇਸ ਕਰਕੇ ਦੇਖਦੇ ਹਾਂ ਸਰਕਾਰ ਕੀ ਕਰਦੀ ਪੁਰਜ਼ੋਰ ਮੰਗ ਕਰਦੇ ਹਾਂ ਸਰਕਾਰ ਤੋਂ ਇਹਨਾਂ 'ਤੇ ਸਖ਼ਤ ਕਤਲ ਦੀ ਜਿਹੜੇ ਕੇਸ ਪੈਣੇ ਚਾਹੀਦੇ ਔਰ ਨਸ਼ੇ ਦਾ ਜਿਹੜਾ ਇਹਨਾਂ ਤੋਂ ਵੱਡੇ ਖੇਪ ਬਰਾਮਦ ਹੋਈ ਉਹਦੀ ਨਸ਼ੇ ਦਾ ਜਿਹੜਾ ਪਰਚਾ ਉਹ ਵੀ ਸਖ਼ਤ ਤੋਂ ਸਖ਼ਤ ਧਰਾਵਾਂ ਲਾ ਕੇ ਦਰਜ ਕਰਨਾ ਹਾਂਜੀ ਇਸ ਬਾਰੇ ਨਹੀਂ ਮੈਨੂੰ ਕੋਈ ਜਾਣਕਾਰੀ ਇਹ ਤਾਂ ਬਾਅਦ 'ਚ ਪਤਾ ਲੱਗੂ ਵੀ ਉਹਦੇ ਵਿੱਚੋਂ ਕੌਣ ਬਰਾਮਦ ਹੋਇਆ ਇੱਕ ਬੰਦਾ ਜਿਹੜਾ ਉਹ ਮੇਰੇ ਕੋਲ ਫੋਟੋ ਸਾਡੇ ਕੋਲ ਹੈਗੀ ਉੱਥੇ ਪੱਤਰਕਾਰ ਵੀ ਜਿਹੜੇ ਲੋਕਲ ਪੱਤਰਕਾਰ ਸਾਡੇ ਉਹ ਵੀ ਵੀਰ ਆਏ ਸੀ ਉਹਨਾਂ ਨੇ ਵੀ ਫੋਟੋ ਖਿੱਚੀਆਂ ਨੇ ਸਾਡੇ ਕੋਲ ਫੋਟੋਆਂ ਦੇ ਪ੍ਰੂਫ ਨੇ ਜੇ ਸਰਕਾਰ ਜਾਂ ਪੁਲਿਸ ਕੋਈ ਆਨਾਕਾਨੀ ਕਰੇਗੀ ਤਾਂ ਅਸੀਂ ਆਫੀਸ਼ੀਅਲੀ ਤੌਰ 'ਤੇ ਜਨਤਕ ਵੀ ਉਹ ਕਰਾਂਗੇ ਪਰ ਮੈਨੂੰ ਉਮੀਦ ਆ ਵੀ ਸਰਕਾਰ ਪ੍ਰਸ਼ਾਸਨ ਜਿਹੜਾ ਹੈ
पुलिस प्रशासन जो इमानदारी अजे तक काम कर रहा और एफ आई आर जी झट ती जो डी एस पी जो लॉन्च कर देंगे मोटरसाइकल कार वजी है तीन जन की डेथ हो गई दो भरा एक अमर सिंह एक कुलदीप सिंह एक लड़की बची है निम्रता पिंड कद्दूवाले के रहने वाले इन्हों की मौत हो गई मौके पर हस्पताल भी पहुंचाया पर फिर भी मौत हो गई तो जी बनती पुलिस कार्रवाई कानूनी कार्रवाई की जाएगी अजे नहीं ध्यान में नहीं है जी असं तो बॉडिया लगाने वास्ते आए बस फिलहाल।